ਸਸਿਗਾ ਦੋਸਤੋ ਮੇਰਾ ਬਲਜੀ ਸਿੰਘ ਆਪਾਂ 4.2 ਐਕਸਰਸ ਕਰਦੇ ਪਏ 9th ਕਲਾਸ ਦਾ 3rd ਕੁਐਸਚਨ ਕਹਿੰਦਾ ਹੈ ਦੱਸੋ ਕਿ ਹੇਠ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਨ x 2y 4 ਦੇ ਹੱਲ ਹੈ ਅਤੇ ਕਿਹੜਾ ਨਹੀਂ ਠੀਕ ਹੈ ਜੀ ਇਸ ਤੋਂ ਬਾਅਦ ਦੇਖੋ ਦੋ ਚਲਾ ਵਾਲੇ ਰੇਖੀ ਸਮੀਕਰਨ ਆਲੇਖ ਵੀ ਕਰਨਾ ਹੈ ਅਸੀਂ ਜਿਹੜਾ ਗ੍ਰਾਫ ਕਰਨਾ ਉਹ ਹੀ ਸਮਝਾਉਂਗਾ ਮੈਂ ਤੁਹਾਨੂੰ ਨੈਕਸਟ ਵੀਡੀਓ ਲੈਕਚਰ ਵਿੱਚ ਵੈਸੇ ਤੁਹਾਨੂੰ ਇਹ ਸਵਾਲਾ ਦੇ ਨਾਲ ਮੈਂ ਕਰਾਈ ਚੁੱਕਾ ਦੁਬਾਰਾ ਫੇਰ ਟੌਪਿਕ ਆਏਗਾ ਨੂੰ ਆਪਾਂ ਅੱਗੇ ਸਮਝਾਂਗੇ ਦੱਸੋ ਕਿ ਹੇਠ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਨ x 2y ਚਾਰ ਦਾ ਹੱਲ ਹੈ ਆ ਸਾਨੂੰ ਸਾਰੇ ਹੱਲ ਦਿੱਤੇ ਹੋਏ ਨੇ ਇਸ ਕਰਕੇ ਸਾਨੂੰ ਸਾਰੇ ਭਰ ਕੇ ਦੇਖਣੇ ਪੈਣੇ ਨੇ ਤੇ ਜੇ ਟਿਕ ਕਰ ਲਿਖਿਆ ਜਾਂਦਾ ਫਿਰ ਗੱਲ ਹੋਰ ਸੀਗੀ ਠੀਕ ਹੈ ਹੁਣ ਇਹ ਸਾਰਾ ਸਵਾਲ ਸਾਨੂੰ ਕੀ ਕਰਨਾ ਪਣਾ ਸੋਲਵ ਕਰਨਾ ਪੈਣਾ ਹੈ ਇਹ ਤੇ ਕੋਈ ਔਖੀ ਗੱਲ ਤਾਂ ਹੈ ਨਹੀਂ ਇਹਦੇ ਵਿੱਚ ਇਕੁਏਸ਼ਨ ਕੀ ਆ x 2y 4 ਅਸੀਂ 9th ਕਲਾਸ ਕਰਦੇ ਪਏ ਹਾਂ 4.6 ਕੋਲ 2 ਐਕਸਰਸਾਈਜ਼ ਹੈ ਤੇ ਉਹਦਾ 3rd ਕੁਐਸਚਨ ਹੈ ਇਹ ਪਹਿਲੀ ਵਾਰੀ ਸਾਰੇ ਕੋਲ ਕੀ ਹੈ 0, 2 ਦੂਜੀ ਵਾਰੀ ਕੀ ਹੈ 2, 0 ਅਗਲੀ ਵਰ ਕੀ ਆ 4,0 ਫੇ ਸਾਡੇ ਕੋਲ ਕੀ ਹੈ √2, 4√2 ਫੇ ਸਾਡੇ ਕੋਲ ਕੀ ਹੈ 1, 1 ਓਕੇ ਇਹ ਸਾਰੀ ਵੈਲਿਊ ਪੁੱਟ ਕਰਕੇ ਦੇਖਣੀ ਹੈ ਤਾਂ ਪਹਿਲੀ ਵਾਰੀ ਸੋਲੂਸ਼ਨ ਪਹਿਲੀ ਵਾਰੀ ਸੋਲੂਸ਼ਨ x ਨੂੰ 0 ਪੁੱਟ ਕਰੋ ਕਿਉਂਕਿ ਇਹ x, y ਨੂੰ ਦਰਸਾਉਂਦਾ ਹੈ x ਨੂੰ 0 ਪੁੱਟ ਕਰੋ ਤਾਂ y ਨੂੰ 2 ਪੁੱਟ ਕਰੋ ਠੀਕ ਹੈ ਜੀ ਤਾਂ x 2y 4 ਸੀਗਾ ਤੇ ਇੱਥੇ ਮੈਨੂੰ ਕੀ ਪੁੱਟ ਕਰਤਾ 0 ਐਨੋ 2 ਐਨੋ 2 ਇੱਥੇ ਮੇਰੇ ਕੋਲ ਕੀ ਹੈ 4 ਹੈ ਪਰ ਇਹ 0 ਦਾ 0 ਰਹਿ ਗਿਆ 2 2 2 ਕਿੰਨਾ ਦਾ 4 ਹੁੰਦਾ ਇਹ ਹੁੰਦਾ -4 4 ਜੋ ਕਿ ਨਹੀਂ ਹੈ -4 4 ਦੇ ਇਕੁਅਲ ਨਹੀਂ ਹੁੰਦਾ ਹੈਗਾ ਇਸ ਕਰਕੇ ਜਿਹੜਾ ਇਹ ਸੱਜਾ ਪਾਸਾ ਹੈ ਉਹ ਖੱਬੇ ਪਾਸੇ ਦੇ ਇਕੁਅਲ ਨਹੀਂ ਹੈ ਇਸ ਕਰਕੇ ਇਹ ਹੱਲ ਨਹੀਂ ਹੈ ਕਲੀਅਰ ਦੂਜੀ ਚੀਜ਼ ਦੂਜੀ ਵਾਰੀ ਕਹਿੰਦਾ ਇਹਨੂੰ ਦੋ ਨੂੰ ਜ਼ੀਰੋ ਪੁੱਟ ਕਰੋ x ਨੂੰ ਦੋ ਪੁੱਟ ਕਰੋ ਤੇ ਜ਼ੀਰੋ ਨੂੰ ਅ ਵਾਈ ਨੂੰ ਜ਼ੀਰੋ ਪੁੱਟ ਕਰੋ ਤਾਂ ਇੱਥੇ ਕੀ ਪੁੱਟ ਕੀਤਾ ਪਾ 2 2 0 =4 ਠੀਕ ਹੈ a2 ਇਹਦਾ ਕੀ ਬਣ ਗਿਆ 0 ਬਣ ਗਿਆ =4 a ਕੀ ਬਣ ਗਿਆ 2 =4 2 4 ਦੇ ਇਕੁਲ ਨਹੀਂ ਹੁੰਦਾ ਇਹਦੇ ਵਿੱਚ ਵੀ ਇਸ ਹੱਲ ਨਹੀਂ ਹੈ ਠੀਕ ਹੈ ਅਗਲੇ ਸੈਟ ਗੋਲ ਕੀ ਹੈ 4,0 4,0 ਨੂੰ ਅਸੀਂ ਦੇਖਦੇ ਹਾਂ x 2y 4 ਤਾਂ 4 ਤਾਂ ਇਹਨੂੰ ਕਿਨਾਂ ਪੁੱਟ ਕਰਨਾ 0 4 4 0 4 that is 4 is 4 ਇਹਦੇ ਵਿੱਚ ਸੱਜਾ ਪਾਸਾ ਕਿ ਖੱਬੇ ਪਾਸੇ ਦੇ ਇਕੁਲ ਹੈ ਬਿਲਕੁਲ ਹੈ ਦੇਖਿਏ ਇਹ ਹੱਲ ਹੈ ਮਤਲਬ ਆਹ ਵਾਲਾ ਇਹਦਾ ਹੱਲ ਹੈ ਹੁਣ ਦੂਜਾ ਸਹੀ ਦੇਖਦੇ ਆ ਦੂਜੇ ਸਾਡੇ ਕੋਲ ਕੀ ਹੈ √2 4√2 ਠੀਕ ਹੈ ਜੀ x 2y 4 ਇਹਦੇ ਕਿਹੜੇ ਪੁੱਟ ਕਨੂ ਕਿਹਾ ਨੇ ਸਾਨੂੰ ਆ ਚੀਜ਼ x ਨੂੰ ਕਿੰਨਾ ਪੁੱਟ ਕਰਨਾ √2 4 ਇੱਥੇ ਕਿਨਾਂ ਅਗੇ 2 ਇੱਥੇ ਕਿਨਾਂ ਅਗੇ ਤੁਹਾਡੇ ਕੋਲ 4√2 4 ਠੀਕ ਹੈ ਜੀ ਇਹਨੂੰ ਤੇ ਸੋਲਵ ਕਰਦੇ ਆ ਤਾਂ रूट टू माइनस ये दोनों आपस में चुगुणा हो सकते हैं ठीक है जी हो सकते हैं क्योंकि दोनों संख्याव ने गया अठ रूट दो इजिकल टू चार ये चीज़ होगी गई ये देखो ये रूट दो अठ रूट दो समझी गल एक रूट दो अठ रूट दो एप्पल माइनस अठ ਐਪਲ ਸਮਝ ਗਈ ਗੱਲ ਇਹ √2 ਨੂੰ ਇਸ ਤਰੀਕੇ ਨਾਲ ਪੜ੍ਹ ਲਓ ਐਪਲ ਇੱਕ √2 8√2 1√2 ਚੋਂ ਮੈਨੂੰ -8 8√2 ਚੋਂ 1√2 ਘਟਾਉਣਾ ਪਰ ਇਹ ਵੱਡਾ ਵਾਲਾ ਨਾ ਤਾਂ ਇਹਦਾ ਕਿ ਸਿੰਬਲ ਲੱਗ ਜਾਊਗਾ ਇਹ ਗੱਲ ਤੁਹਾਨੂੰ ਸਮਝ ਆਣੀ ਚਾਹੀਦੀ ਹੈ ਹਨਾ ਤਾਂ ਇਹਦੇ ਚੋਂ ਮੈਨੂੰ ਮਾਈਨਸ ਕਰਾਂਗੇ ਇਹ ਕਿੰਨਾ ਆ ਜਾਏਗਾ -7 ਹਨਾ ਇਹ -7 ਆ ਗਿਆ ਨਾ -7√2 ਸਮਝ ਆ ਗਈ ਕਿ ਕਿੱਦਾਂ ਗਿਆ ਇਹਦੇ ਵਿੱਚੋਂ 8 ਤੋਂ 7 ਨਹੀਂ ਬਣਤਾ ਕਿਉਂਕਿ ਇਹ 1√2 ਇਹਨੂੰ √2 ਹੀ ਬੋਲਦੇ ਨੇ 1√2 ਦੇ ਵਿੱਚੋਂ 8√2 ਘਟਾਣੇ ਸੀਗੇ ਤਾਂ ਮਤਲਬ 8√2 ਦੇ ਵਿੱਚੋਂ 1√2 ਘਟਾਤਾ ਮਨ ਲਓ 8 ਪਹਿਲਾਂ ਜੋ ਇੱਕ ਐਪਲ ਘਟਾਤੇ √2 ਨੂੰ ਤੁਸੀਂ ਐਪਲ ਬੋਲ ਸਕਦੇ ਹੋ ਮੰਨ ਲਓ ਇਦਾਂ ਇਹ ਐਪਲ ਹੈ ਠੀਕ ਹੈ ਕੋਈ ਚੀਜ਼ ਹੈ ਤਾਂ 7 √2 ਬਚ ਗਿਆ ਬਚ ਗਿਆ 4 ਤਾਂ ਜਿਹੜੇ ਇਹਦੇ ਇਕੁਅਲ ਨਹੀਂ ਹੁੰਦੇ ਜਿਹੜਾ ਖੱਬਾ ਪਾਸਾ ਹੈ ਕੀ ਉਹ ਸੱਜੇ ਪਾਸੇ ਦੇ ਇਕੁਅਲ ਹੈ ਨਹੀਂ ਹੈ ਕਿ ਇਸ ਕਰਕੇ ਇਹਦਾ ਹੱਲ ਨਹੀਂ ਹੈ ਅਗਲਾ ਕਿਸੇ 1 1 ਠੀਕ ਹੈ ਸਾਡੇ ਕੋਲ ਕੀ ਹੈ x 2y 4 ਇੱਥੇ 1 ਬੁੱਟੇ ਕੀਤਾ -2 ਇੱਥੇ ਵੀ 1 ਬੁੱਟੇ ਕੀਤਾ 4 ਇਹ ਬਣ ਗਿਆ 1 2 4 ਇਹ ਹੈ -1 ਇਸ ਨਾਟ ਇਕੁਅਲ ਟੂ फूल इस करके सज्जा पासा खबे पास नहीं है इस करके सोल्यूश नहीं है क्लीयर चीज़ है अगला चौथा क्वेश्चन आप नैक्स लैक्चर देखते हैं वो लैक्चर देखना बहुत बहुत धनबाद थैंक यू सो मच